ਉਹ ਰਹੀ ਗੱਲ ਪ੍ਰਾਹੁਣੇ ਦੀ, ਪ੍ਰਾਹੁਣਾ ਤੈਨੂੰ ਪਤਾ ਡਿਊਟੀ ਕਰਦਾ ਗਾ, ਉਹ ਸਵੇਰੇ ਵਗ ਜਾਂਦਾ ਸ਼ਾਮ ਨੂੰ ਘਰੇ ਆਉਂਦਾ। ਨਾ ਮੇਰੀ ਗੱਲ ਸੁਣ, ਜੇ ਕੁੜੀ ਨੇ ਪਰੌਂਠੇ ਖਾਣੇ ਸੀ ਮੈਨੂੰ ਵੀ ਦੱਸ ਸਕਦੀ ਸੀ ਤੂੰ। ਆਪਣੇ ਕੱਲ ਨੂੰ ਤਾਂ ਨਾ ਮੈਂ ਸਪਰੇ ਕਰਨੀ ਆ, ਮੈਂ ਬੰਦੇ ਬੁੱਸੇ ਰੱਖੇ ਨੇ, ਨਹੀਂ ਤਾਂ ਮੈਂ ਤੇਰੇ ਨਾਲ ਵਗ ਚੱਲਦਾ। ਤੂੰ ਐਂ ਕਰੀ, ਆਪਦੀ ਭਾਬੀ ਨੂੰ ਲੈ ਜੀ। ਅੱਜ ਤਾਂ ਉਹਨੂੰ ਤਨਖਾਹ ਮਿਲਣੀ ਆ, ਅੱਜ ਹੀ ਲੈ ਦੇਖਦੀ ਆ। ਇੱਥੇ ਤਾਂ 2000 ਰੁਪਏ ਘੱਟਾ ਨਹੀਂ, ਇਹ ਤਾਂ ਪੁਰਾਣੇ ਸੂਟ ਨੇ, ਚੱਲ ਇਹਨਾਂ ਤੇ ਜੰਮੀ ਰੰਗ ਫਿਟਿਆ ਪਿਆ। ਬਹੁਤ ਹੋ ਗਿਆ ਤੇਰਾ ਵੀ ਵੀਰੇ, ਮੈਂ ਉਹਦਾ ਨਵਾਂ ਸੂਟ ਲੈ ਕੇ ਆਈ ਸੀ, ਉਹ ਭਾਬੀ ਨੇ ਫੜ ਕੇ ਦੇਖੀ ਮੈਨੂੰ, ਉਹ ਪੁਰਾਣੇ ਸੂਟ ਆਪਦੇ ਦੇ ਰਹੀ ਹੈ, ਕਹਿੰਦੀ ਆਹ ਪਾ। ਨਾ ਮੈਂ ਪਾਗਲ ਆ, ਸਾਰੇ ਫਟੇ ਹੋਏ ਸੂਟ ਦਿੱਤੇ ਨੇ ਜਿਹੜੇ ਸੁੱਟਣ ਵਾਲੇ ਨੇ। ਫੇਰ ਕੀ ਆ, ਘਰੇ ਪਾਉਣੇ ਨੇ, ਜੇ ਪਾਲੇਗੀ ਇਹਨਾਂ ਨੂੰ ਕੀ ਹੋ ਜਾਊਗਾ, ਆ ਨਵੇਂ ਪਾ ਕੇ ਤੂੰ ਕਿਹੜਾ ਸੌਰੀ ਜਾਣਾ, ਇੱਥੇ ਬੈਠਣਾ। ਉਹ ਤੇਰੀ ਆ ਗੱਲ ਟਿਕਾਣੇ ਹੈਗੀ ਹੈ ਕਿ ਨਾ, ਇਹ ਸੂਟ ਪਾਉਗੀ ਹੁਣ ਪੁਰਾਣੇ ਇਹ। ਉਹ ਇਹਨਾਂ ਨੂੰ ਹੋਇਆ ਕੀ ਆ, ਮੈਨੂੰ ਦੱਸੋ ਤਾਂ ਸਹੀ ਕੀ ਹੋਇਆ ਇਹਨਾਂ ਨੂੰ, ਜ਼ਰੂਰੀ ਖਰਚਾ ਕਰਨਾ। ਭਾਬੀ ਆ ਸੂਟ ਤਾਂ ਨਾ ਕੰਮ ਵਾਲੀ ਵੀ ਨਾ ਪਾਵੇ ਜਿਹੜੇ ਤੂੰ ਮੈਨੂੰ ਦਿੱਤੇ ਨੇ। ਉਹ ਬਸ ਕਰ, ਇਹੋ ਜਿਹਾ ਕੁਛ ਕਰਨਾ ਸੀ ਨਾ ਆਪਦੇ ਸੌਰੀ ਰਹਿੰਦੀ, ਉਰੇ ਕਾਹਤੋਂ ਬੈਠੀ ਸੀ ਜੇ ਇੰਨੀ ਮਹਿੰਗੇ ਕੱਪੜੇ ਪਾਉਣ ਦਾ ਸ਼ੌਂਕ ਸੀ ਤੈਨੂੰ। ਉਹ ਕਿਉਂ ਸਾਰਾ ਦਿਨ ਕਲੇਸ਼ ਪਾਈ ਰੱਖਦੀ ਆ, ਕਿਸੇ ਟਾਈਮ ਚੁੱਪ ਵੀ ਕਰ ਜਾ ਕਰ। ਆਹੋ ਮੈਂ ਪਾਨੀ ਆ ਕਲੇਸ਼, ਆ ਤੇਰੀ ਭੈਣ ਤਾਂ ਕਲੇਸ਼ ਪਾਉਂਦੀ ਨਹੀਂ, ਮੇਰੀ ਗੱਲ ਸੁਣ ਲੈ, ਇਸੇ ਨਾਲ ਹੀ ਰਹਿ ਲਈ, ਮੈਂ ਤਾਂ ਚੱਲੀ ਆਪਦੇ ਪੇਕੇ। ਪੈਗੀ ਬਗ ਜਾ ਬਗ ਜਾ ਪੈਗੀ ਤੇਰੇ ਕਲੇਜੇ ਠੰਡ, ਆਪਦਾ ਤਾਂ ਘਰ ਬਸਿਆ ਨਹੀਂ, ਦੂਜਿਆਂ ਦਾ ਬਸਣ ਨਹੀਂ ਦਿੰਦੀ। ਪਾਪੀ ਬਸ ਰਹਿਣ ਦੇ, ਜਿੱਤੀ ਜਾਣ ਦੇ ਨੂੰ। ਛੱਡ ਦੇਖੀ, ਐ ਥੋੜੀ ਨਾ ਕਰੀਦਾ ਹੁੰਦਾ, ਘਰ ਚ ਮਾੜੀ ਮੋਟੀ ਗੱਲਾਂ ਤਾਂ ਚੱਲਦੀਆਂ ਰਹਿੰਦੀਆਂ ਨੇ। ਨਾਲੇ ਭਾਬੀ ਲੜਾਈ ਤੂੰ ਪਾਈ ਸੀ, ਬਾਅਦ ਚ ਤੂੰ ਮੇਰਾ ਨਾਂ ਲਈ ਜਾਂਦੀ ਆ। ਚੁੱਪ ਕਰ ਜਾਣੀ, ਮੈਂ ਤਾਂ ਆਪਦੇ ਪੇਕੇ ਜਾਊਂਗੀ। ਉਹ ਜਾਣ ਦੇ ਜਿੱਤੀ, ਇਹਨੂੰ ਇਹਨੂੰ ਬਾਹਲਾ ਸ਼ੌਂਕ ਨਾ ਪੇਕੇ ਜਾਣ ਦਾ, ਨਾਲੇ ਗੱਲ ਸੁਣ ਲੈ ਇੱਕ, ਜੇ ਦੁਬਾਰਾ ਇੱਥੇ ਮੁੜ ਕੇ ਆਈ ਨਾ ਲੱਤਾਂ ਵੱਢ ਦੂੰ, ਘਰੇ ਤੈਨੂੰ ਵੱਢਣ ਹੁਣ ਮੈਂ ਵੀ ਨਹੀਂ ਦਿੰਦਾ। ਲੈ ਦੱਸ, ਇਹ ਕੰਮ ਤਾਂ ਉਲਟਾ ਹੋ ਗਿਆ, ਕਿਤੇ ਤਾਂ ਮੈਂ ਸੋਚਿਆ ਸੀ ਕਿ ਇਹ ਮੇਰੇ ਪਿੱਛੇ ਪਿੱਛੇ ਫਿਰੂਗਾ, ਲੈਣ ਤਾਂ ਮੈਨੂੰ ਲਿਆਉਣ ਤੋਂ ਸਾਫ਼ ਇਨਕਾਰ ਕਰਤਾ, ਹੁਣ ਮੈਂ ਕੀ ਕਰੂੰਗੀ। ਮੇਰੀ ਗੱਲ ਸੁਣ ਲਓ, ਆਉਂਦੀ ਮੈਂ ਵੀ ਨਹੀਂ ਹੁਣ ਫਿਰ। ਨਾ ਹੀ ਨਾ ਭਾਬੀ, ਐ ਨਾ ਕਰ, ਤੈਨੂੰ ਪਤਾ ਤਾਂ ਹੈਗਾ ਵੀਰੇ ਦੇ ਸੁਭਾਅ ਦਾ, ਇਹ ਤਾਂ ਬਸ ਉੱਪਰ ਉੱਪਰ ਬੋਲ ਦਿੰਦੇ ਨੇ, ਮਨ 'ਚ ਕੁਛ ਨਹੀਂ ਹੈਗਾ। ਦੇਖ ਭਾਬੀ, ਰਹੀ ਗੱਲ ਮੇਰੀ, ਦੇਖ ਨੰਦ ਭਰਜਾਈ ਦੇ ਵਿੱਚ ਤਾਂ ਛੋਟੀ ਮੋਟੀ ਗੱਲਾਂ ਹੁੰਦੀਆਂ ਰਹਿੰਦੀਆਂ ਨੇ, ਫਿਰ ਘਰ ਥੋੜ੍ਹਾ ਛੱਡ ਕੇ ਜਾਏ ਹੁੰਦੇ ਨੇ ਨਿੱਕੀ ਨਿੱਕੀ ਗੱਲਾਂ ਪਏ। ਭਾਬੀ ਬੈਠ, ਤੂੰ ਕਿਤੇ ਨਹੀਂ ਜਾਣਾ ਤੈਨੇ। ਚੱਲ ਠੀਕ ਆ, ਜੇ ਤੂੰ ਬਾਲਾ ਕਹਿੰਦੀ ਆ ਮੈਂ ਨਹੀਂ ਜਾਂਦੀ, ਨਾਲੇ ਇਸ ਗੱਲ ਦਾ ਧਿਆਨ ਰੱਖੀ ਮੈਂ ਤੇਰੀ ਭਾਬੀ ਆ, ਕੋਈ ਦੁਸ਼ਮਣ ਨਹੀਂ ਹੈਗੀ। ਚੱਲ ਚੰਗਾ ਭਾਬੀ, ਤੂੰ ਗੁੱਸਾ ਨਾ ਕਰ ਹੁਣ। ਵੀਰੇ ਤੂੰ ਕਿੱਥੇ ਚੱਲਿਆ? ਵੀਰੇ ਰੁਕ ਜਾ, ਦੇਖੀ ਹੁਣ ਤਾਂ ਤੂੰ ਆਇਆ ਸੀ ਕੰਮ ਤੋਂ ਥੱਕ ਕੇ, ਹੁਣ ਤੂੰ ਵਾਪਿਸ ਜਾ ਰਿਹਾ, ਤੂੰ ਬੈਠ ਮੈਂ ਚਾਹ ਬਣਾ ਕੇ ਲੈ ਕੇ ਆਉਂਦੀ ਹਾਂ। ਤੁਸੀਂ ਦੋਨੇ ਬੈਠੋ, ਚਾਹ ਮੈਂ ਲੈ ਕੇ ਆਉਂਦੀ ਹਾਂ। ਆ ਜਾ ਵੀਰੇ। ਚਾਹ ਤਾਂ ਮੈਂ ਪੀ ਲੈਣਾ ਜਿੱਤੀ, ਪਰ ਮੈਨੂੰ ਤੂੰ ਐਂ ਗੱਲ ਦੱਸ ਵੀ ਤੇਰੇ ਨਾਲ ਇੰਨਾ ਕੁਛ ਹੋ ਗਿਆ, ਤੇਰੀ ਭਾਬੀ ਨੇ ਇੰਨਾ ਤੇਰੇ ਨਾਲ ਧੱਕਾ ਕਰਿਆ, ਤੂੰ ਮੈਨੂੰ ਕਿਉਂ ਨਹੀਂ ਦੱਸਿਆ? ਤੂੰ ਮੈਨੂੰ ਆਪਦਾ ਕੁਛ ਸਮਝਦੀ ਨਹੀਂ ਹੈਗੀ? ਨਾ ਨਾ ਬਾਈ, ਇੱਦਾਂ ਦੀ ਗੱਲ ਨਹੀਂ ਹੈਗੀ। ਨਾਲੇ ਜੇ ਇੱਕ ਗੱਲ ਹੋਵੇ ਫਿਰ ਤਾਂ ਤੈਨੂੰ ਦੱਸਾਂ, ਭਾਬੀ ਤਾਂ ਮੇਰੇ ਨਾਲ ਹਰ ਇੱਕ ਗੱਲ 'ਤੇ ਵਿਤਕਰਾ ਕਰਦੀ ਸੀ, ਮੈਂ ਤੁਹਾਡੇ ਦੋਹਾਂ ਵਿਚਕਾਰ ਨਾ ਕਲੇਸ਼ ਨਹੀਂ ਪਾਉਣਾ ਚਾਹੁੰਦੀ ਸੀ, ਤਾਂ ਹੀ ਤੁਹਾਡੇ ਨੂੰ ਕੋਈ ਗੱਲ ਨਹੀਂ ਦੱਸਦੀ ਸੀਗੀ।
ਹੋਰ ਤਾਂ ਹੋਰ ਵੀਰੇ, ਭਾਬੀ ਤਾਂ ਮੇਰੀ ਸਾਰੀ ਤਨਖਾਹ ਵੀ ਫੜ ਲੈਂਦੀ ਹੈ। ਜੇ ਮੈਂ ਵਿੱਚੋਂ ਥੋੜ੍ਹੇ ਪੈਸੇ ਮੰਗ ਵੀ ਲਵਾਂ ਨਾ ਤਾਂ ਫਿਰ ਕਲੇਸ਼ ਪਾਉਣਾ ਸ਼ੁਰੂ ਕਰ ਦਿੰਦੀ ਹੈ। ਵੀਰੇ, ਜੇ ਤੁਹਾਨੂੰ ਮੇਰੇ 'ਤੇ ਯਕੀਨ ਨਹੀਂ ਹੈਗਾ ਨਾ, ਚਾਹੇ ਤੁਸੀਂ ਲੁੱਕ ਕੇ ਦੇਖ ਲਿਓ। ਉਹ ਜੇ ਆਹ ਗੱਲ ਆ ਭੈਣੇ, ਫਿਰ ਤੁਹਾਨੂੰ ਤਨਖਾਹ ਹੀ ਨਾ ਫੜਾਇਆ ਕਰਾਂ। ਉਹ ਤਾਂ ਕੋਈ ਗੱਲ ਨਹੀਂ ਵੀਰੇ, ਮੈਂ ਇੰਨੀ ਤਨਖਾਹ ਤਾਂ ਕਰਨਾ ਵੀ ਕੀ ਹੁੰਦਾ, ਮੈਨੂੰ ਤਾਂ ਥੋੜ੍ਹੇ ਜਿਹੇ ਪੈਸੇ ਨਹੀਂ ਮੁੱਕਦੇ। ਉਹ ਕਮਲੀਏ, ਤੇਰੀ ਇਹੀ ਗੱਲਾਂ ਕਰਕੇ ਨਾ ਤੈਂ ਆਪਦੀ ਭਾਬੀ ਚੰਬਲਾ ਰੱਖੀ ਹੈਗੀ। ਤੂੰ ਇਸ ਵਾਰ ਐਂ ਕਰੀ, ਉਹਨੂੰ ਤਨਖਾਹ ਨਾ ਫੜਾਈ, ਫਿਰ ਦੇਖੀ ਮੈਂ ਉਹਨੂੰ ਕਿਵੇਂ ਲੋਟ ਕਰਦਾ। ਵੀਰੇ, ਮੈਂ ਕਹਿੰਦੀ ਹਾਂ ਕਾਹਨੂੰ ਗੱਲ ਵਧਾਉਣੀ ਆ। ਉਹ ਗੱਲ ਤਾਂ ਵਧੀ ਪਈ ਹੈ ਜੀਤੀ, ਹੁਣ ਤਾਂ ਗੱਲਾਂ ਵੱਧ ਕੇ ਰਹਿਣਗੀਆਂ। ਬਸ ਤੂੰ ਜਿਵੇਂ ਮੈਂ ਤਾਂ ਤੈਨੂੰ ਕਹਿਣਾ ਨਾ ਉਵੇਂ ਕਰੀ। ਬੰਟੀ, ਉਹ ਪੁੱਤ ਰੋਟੀ ਬਣ ਗਈ ਤਾਂ ਲਿਆ ਫਿਰ। ਉਹ ਆ ਗਿਆ ਬਾਪੂ, ਬਸ 2 ਮਿੰਟ। ਲੈ ਬਾਪੂ, ਖਾ ਲੈ ਰੋਟੀ। ਹਾਂ ਲਿਆ ਬੰਟੀ। ਐਂ ਕਰੀ ਬਾਪੂ, ਮਾੜਾ ਕੌਲੀ ਨਾਲ ਧਿਆਨ ਨਾਲ ਉਹ ਕਰੀ, ਗਰਮ ਹੈ ਥੋੜੀ, ਮੇਰਾ ਵੀ ਹੱਥ ਸੜ ਗਿਆ। ਓ ਅੱਛਾ, ਜਾ ਤਾਂ ਨਹੀਂ ਸੜਿਆ? ਨਾ ਬਾਪੂ, ਐਂ ਤਾਂ ਠੀਕ ਹੈ, ਬੱਚਤ ਰਹੇਗੀ। ਉਹ ਤਾਂ ਧਿਆਨ ਰੱਖਿਆ ਕਰ ਤੂੰ ਆਪਣਾ, ਆਰਾਮ ਨਾਲ ਰੋਟੀ ਬਣਾ ਲਿਆ ਕਰ। ਨਾਲੇ ਮੈਂ ਤੈਨੂੰ ਕਿੰਨੇ ਵਾਰੀ ਕਿਹਾ ਗਾ ਵੀ ਜੇ ਤੇਥੋਂ ਰੋਟੀ ਨਹੀਂ ਬਣਦੀ ਤਾਂ ਆਪਾਂ ਬਾਹਰੋਂ ਮੰਗਾ ਲਿਆ ਕਰਾਂਗੇ ਪੁੱਤ। ਬਾਪੂ ਯਾਰ, ਬਾਹਰ ਨੇ ਕਿੰਨਾ ਕੁ ਚਿਰ ਖਾਈ ਚੱਲਾਂਗੇ, ਤੁਹਾਨੂੰ ਪਤਾ ਤਾਂ ਹੈਗਾ ਘਰ ਦੀ ਚੀਜ਼ ਘਰ ਦੀ ਹੁੰਦੀ ਹੈਗੀ, ਨਾਲੇ ਬਾਹਰਲਾ ਖਾਣਾ ਖਾ ਗਾ ਤਾਂ ਆਪਾਂ ਉਈ ਅੱਕੇ ਪਿਆਂਗੇ। ਹਾਂ, ਉਹ ਤਾਂ ਮੰਨਦਾ ਪੁੱਤ ਗੱਲ, ਵੀ ਘਰ ਦਾ ਖਾਣਾ ਪੀਣਾ ਵਧੀਆ ਹੁੰਦਾ, ਇਹਦੇ ਵਿੱਚ ਤੰਦਰੁਸਤੀ ਆ, ਪਰ ਮਜਬੂਰੀ ਵੀ ਬੰਟੀ ਹੈਗੀ ਫਿਰ ਬੇਟਾ, ਹੁਣ ਕੀ ਕਰੀਏ। ਪੁੱਤੇ ਤਾਂ ਰੋਟੀ ਟੁੱਕਦਾ, ਘਰ ਦੇ ਕੰਮ ਕਾਜ ਦਾ, ਤੀਵੀਆਂ ਦਾ ਕੰਮ ਹੈ, ਤੂੰ ਹੱਥ ਸਾੜੀ ਜਾਣਾ। ਤੂੰ ਕਿਹੜਾ ਕਿਸੇ ਕੰਜਰ ਦੀ ਮੰਨਦਾਗਾ, ਤੈਨੂੰ ਕਿੰਨੇ ਵਾਰੀ ਕਿਹਾ ਵੀ ਦੂਜਾ ਵਿਆਹ ਕਰਵਾ ਲਾ। ਬਾਪੂ ਯਾਰ, ਉਹੀ ਗੱਲ ਫੇਰ ਯਾਰ, ਜਦੋਂ ਮੈਂ ਤੁਹਾਨੂੰ ਇੱਕ ਵਾਰੀ ਕਹਿਤਾ ਵਿਆਹ ਨਹੀਂ ਕਰਾਉਣਾ, ਨਹੀਂ ਕਰਾਉਣਾ, ਉਹੀ ਗੱਲ ਫੇਰ। ਫਿਰ ਸਾੜੀ ਚੱਲ ਹੱਥ, ਕਿੰਨਾ ਕੁ ਚਿਰ ਹੱਥ ਸਾੜੇਗਾ, ਆਹ ਦੂਜਾ ਵਿਆਹ ਤਾਂ ਪੁੱਤ ਤੈਨੂੰ ਕਰਵਾਉਣਾ ਹੀ ਪੈਣਾ। ਹੁਣ ਘਰ ਦੇ ਕੰਮ ਕਾਜ ਕਿੰਨਾ ਕਰਾਂਗੇ, ਕਿੰਨਾ ਔਖਾ ਹੋਇਆ ਪਿਆ ਗਾ, ਮਾਲ ਪਸ਼ੂ ਦਾ ਸਾਰਾ, ਜਨਾਨੀਆਂ ਬਿਨਾਂ ਘਰ ਨਹੀਂ ਸੌਂਦੇ, ਜਨਾਨੀਆਂ ਨਾਲ ਹੀ ਘਰ ਹੁੰਦੇ ਆ। ਪੁੱਤ ਤੂੰ ਸਿਆਣਾ ਬਣ ਜਾ, ਦੂਜਾ ਵਿਆਹ ਕਰਵਾ ਲੈ, ਆਪਾਂ ਦੇਖ ਲੈਂਦੇ ਕੋਈ ਸਿਆਣੀ ਕੁੜੀ ਲੱਭ ਲੈਂਦੇ ਹਾਂ, ਹੁਣ ਸਾਰੀਆਂ ਉਹੀ ਜਿਹੀਆਂ ਥੋੜ੍ਹੀ ਹੁੰਦੀਆਂ ਵੀ ਭੱਜ ਜਾਂਦੀਆਂ ਘਰੇ। ਤੂੰ ਸਿਆਣਾ ਬਣ ਜਾ, ਆਪਾਂ ਗੱਲਬਾਤ ਤੋਰ ਲੈਂਦੇ ਹਾਂ। ਉਹ ਬਾਪੂ, ਜਿੰਨਾ ਚਿਰ ਸਰਿਆ ਮੈਂ ਆਪੀ ਸਾਰ ਲੂੰਗਾ, ਨਾਲੇ ਪਹਿਲਾਂ ਵਿਆਹ ਕਰਾਏ ਦੀ ਕਿੰਨਾ ਕੁ ਸੁੱਖ ਲੈ ਲਿਆ ਮੈਂ, ਜਿਹੜਾ ਹੁਣ ਦੂਜਾ ਵਿਆਹ ਕਰਾ ਕੇ ਸੁੱਖ ਲੈ ਲੂੰਗਾ। ਚੱਲ ਤੂੰ ਐਂ ਕਰ, ਰੋਟੀ ਖਾ ਲੈ, ਮੇਰਾ ਟਾਈਮ ਹੋ ਰਿਹਾ ਜਾਣ ਦਾ। ਸਿਆਣਾ ਬਣ ਜਾ ਮੁੰਡਿਆ, ਜਦੋਂ ਵੀ ਮੈਂ ਕਹਿੰਦਾ ਵਿਆਹ ਕਰਵਾ ਲੈ, ਮੇਰੀ ਗੱਲ ਟਾਲ ਦਿੰਦਾ। ਉਹ ਕਮਲਿਆ, ਤੂੰ ਵਿਆਹ ਕਰਵਾ ਲੈ, ਸਿਆਣਾ ਬਣ ਜਾ, ਮੈਨੂੰ ਵੀ ਮਾੜਾ ਮੋਟਾ ਸੁੱਖ ਹੋ ਜੇ। ਭਾਬੀ, ਸਾਰੇ ਘਰ ਦੇ ਕੰਮ ਨੇ ਵੇਖਤੇ, ਝਾੜੂ ਪੋਚੇ ਭਾਂਡੇ ਡਿੰਡੇ ਸਾਰਾ ਨੇ ਵੇਖਤਾ, ਸਬਜ਼ੀ ਕੱਟੇਗੀ? ਲੈ ਮੈਨੂੰ ਫੜਾ ਦੋ, ਮੈਂ ਸਬਜ਼ੀ ਬਣਾ ਦਿੰਦੀ ਹਾਂ। ਹਾਂ ਲੈ, ਸਬਜ਼ੀ ਤਾਂ ਮੈਂ ਕੱਟਤੀ, ਲੈ ਬਣਾ ਦੇ ਤੂੰ। ਓਏ ਕਾਹਨੂੰ ਫੜਾਉਣੀ ਆ ਤੂੰ ਇਹਨੂੰ, ਇਹਨੇ ਵਿਚਾਰੇ ਸਾਰੇ ਕੰਮ ਕਰੇ, ਥੱਕ ਗਈ, ਨਾਲੇ ਅੱਜ ਛੁੱਟੀ ਆ, ਇਹਨੂੰ ਬਿੰਦ ਕਰੀ ਆਰਾਮ ਕਰ ਲੈਣ ਦੇ। ਤੂੰ ਐਂ ਕਰ, ਜਾ ਤੂੰ ਬਣਾ ਲਿਆ, ਨਾਲੇ ਤੂੰ ਸਵਾਦ ਬਣਾਉਣੀ ਹੈਗੀ। ਚਲੋ ਮੈਂ ਬਣਾ ਦਿੰਦੀ ਹਾਂ। ਮੈਂ ਬਹਿ ਜੀਤੀ, ਵਿਚਾਰੀ ਇਹ ਮਹਾਰਾਣੀ ਕਿਸੇ ਥਾਂ ਦੀ। ਲੈ ਦੇਖ ਲਓ, ਦੋਨੇ ਭੈਣ ਭਾਈ ਜ਼ਿਆਦਾ ਹੁਸ਼ਿਆਰ ਬਣਦੇ ਨੇ, ਜਿਵੇਂ ਮੈਨੂੰ ਕੁਛ ਪਤਾ ਹੀ ਨਹੀਂ। ਕੋਈ ਗੱਲ ਨਹੀਂ, ਮੈਂ ਵੀ ਘੱਟ ਨਹੀਂ ਹੈਗੀ, ਜੇ ਤੁਸੀਂ ਸ਼ੇਰ ਹੋ ਨਾ ਤਾਂ ਮੈਂ ਵੀ ਸਵਾ ਸ਼ੇਰ ਹਾਂ। ਹੁਣ ਦੇਖੀ ਅੱਗੇ ਅੱਗੇ ਹੁੰਦਾ ਕੀ ਹੈ। ਪ੍ਰਧਾਨ ਬਣੀ ਬੈਠੀ ਆ ਉਹਦੇ ਕੋਲ,
ਐਂ ਨਹੀਂ ਹੈਗਾ ਵੀ ਕੰਮ ਕਰਾ ਦਾ ਨਾਲ, ਕੋਲੇ ਬੈਠੀ ਨੂੰ ਬਸ ਕੂੜੇ ਮਿਲ ਜਾਣਗੇ। ਨਾ ਇਹ ਗੱਲ ਮਾੜੀ, ਉਹਦੀ ਸਬਜ਼ੀ ਤੱਕ ਉਹ ਪਾਣਾ ਹੀ ਨਹੀਂ, ਘਿਓ ਤਾਂ ਇਕੱਲਾ ਮੇਰਾ ਸਰਦਾਰ ਹੀ ਖਾਊ। ਆ ਲਓ ਰੋਟੀ, ਲੈ ਜਿੱਤੀ ਤੂੰ ਵੀ ਖਾ ਲਾ। ਆ ਕੀ ਜੀਤੀ ਦਾਲ ਚ ਕਿਉਂ ਗਾਣ ਪਿਆ? ਓਹੋ ਜੀਤੀ ਕਿਉਂ ਖਾਵੇ ਤਾਂ ਸਹੀ, ਮੈਂ ਤਾਂ ਪਾਦਾ ਇਹ ਖਾਂਦੀ ਹੀ ਨਹੀਂ। ਹਨਾ ਜੀਤੀ ਤੂੰ ਕਿਉਂ ਨਹੀਂ ਨਾ ਖਾਂਦੀ? ਹਾਂ ਹਾਂ ਵੀਰੇ ਮੈਨੂੰ ਪਸੰਦ ਨਹੀਂ ਹੈਗਾ। ਕਿਉਂ ਪਸੰਦ ਕਿਉਂ ਨਹੀਂ? ਮੈਂ ਲਿਆ ਕੇ ਦੇਣਾ ਤੈਨੂੰ। ਓਹੋ ਉਹ ਖਾਂਦੀ ਨਹੀਂ, ਜ਼ਰੂਰੀ ਦੇਣ ਤੱਕ ਨਾ ਖੜ ਜਾ, ਆਦਤ ਪੈ ਜੂ ਫਿਰ ਕੀ ਹੋ ਗਿਆ। ਆ ਲੈ ਜੀਤੀ ਗੁਰਬਾਮ ਇੱਕ ਚਮਚਾ। ਉਹ ਬਸ ਵੀਰੇ ਬਸ ਕਰੋ, ਉਹ ਕੁਝ ਨਹੀਂ ਤਾਂ ਖਾ ਲੈ। ਅਤੇ ਦੋ ਚਮਚੇ ਤਾਂ ਭੈਣ ਦਾ ਹੇਜਲਾ। ਵੀਰੇ ਹੁਣ ਤੁਸੀਂ ਵੀ ਰੋਟੀ ਖਾ ਲਓ, ਠੰਡੀ ਹੋ ਜਾਂਦੀ ਆ ਕੇ ਜਿੱਦੀ। ਆ ਖਾ ਲਓ ਰੋਟੀ, ਮੈਂ ਕੰਮ ਕਰ ਲਾਂ। ਓਰੀ ਆ ਜਾ ਕੰਮ ਇੱਥੇ ਹੀ ਕਰਦੀਆਂ ਤੂੰ। ਆ ਰੋਟੀ ਖਾ ਲਓ ਤੁਸੀਂ, ਮੈਂ ਰਸੋਈ 'ਚੋਂ ਆਪਣੀ ਥਾਲੀ ਚੱਕ ਲਿਆਵਾਂ। ਲਿਆ ਹੁਣ ਕਰੀ ਮੇਰੀ ਭੈਣ ਨਾਲ ਸਰੀਕੇ, ਜੇ ਤੈਨੂੰ ਲੋਟ ਨਾ ਕੀਤਾ ਤਾਂ ਮੈਂ ਵੀ ਸਤਨਾਮ ਨਹੀਂ ਹੈਗਾ। ਮੈਂ ਵੀ ਵੇਖਦੀ ਹਾਂ ਕਿੰਨਾ ਕੁ ਟਾਈਮ ਆਪਣੀਆਂ ਚਲਾਉਂਗੀ, ਚੱਲੂਗੀ ਤਾਂ ਮੇਰੀ। ਫਿਰ ਕੀ ਹੋ ਗਿਆ ਜੇ ਅੱਜ ਦੋ ਚਮਚੇ ਘਿਓ ਪਾ ਲਿਆ? ਅੱਜ ਆਈ ਭਾਬੀ ਵੀਰੇ ਦੇ ਡਿੱਕੇ, ਵੇਖ ਕਿਵੇਂ ਝਾਕਦੀ ਆ ਭਾਬੀ। ਜੇ ਭਾਬੀ ਦਾ ਵਸ ਚੱਲੇ ਨਾ ਮੇਰੇ ਸਭ 'ਚ ਘਿਓ ਹੀ ਕੱਢ ਕੇ ਖਾ ਲਏ, ਉਹਨੇ ਘਿਓ ਨਾਲ ਮੈਨੂੰ ਤਾਕਤ ਨਹੀਂ ਆਉਣੀ ਜਿੰਨਾ ਭਾਬੀ ਦਾ ਸੜ ਸੜ ਕੇ ਖੂਨ ਸੁੱਕ ਜੂਗਾ। ਹੋਰ ਜੀ ਤੇ ਡਿਊਟੀ ਵਧੀਆ ਚੱਲਦੀ ਆ? ਹਾਂ ਵੀਰੇ ਡਿਊਟੀ ਤਾਂ ਵਧੀਆ ਚੱਲਦੀ ਆ, ਪਰ ਥੱਕ ਜਾਂਦੀ ਆ ਸੌਣ ਲੱਗੇ ਸਾਰੇ। ਕਿਹੜੀ ਵਾਸਤੇ ਆਉਣੀ ਤੂੰ? ਆ ਗੁਰਪ੍ਰੀਤ ਵਾਸਤੇ ਆਉਣੀ ਆ। ਕਾਏ ਵਜੇ ਆਉਂਦੀ ਆ ਫਿਰ? ਬਸ 4:30 ਵਜੇ ਨੂੰ ਘਰੇ ਪਹੁੰਚਾ ਦਿੰਦੀ ਆ ਬੱਚਾ। ਠੀਕ ਆ। ਕਈ ਵਾਰ ਜੇ ਉਹ ਲੰਘਦੇ ਫਿਰ ਤਾਂ ਤੁਹਾਨੂੰ ਪਤਾ ਮੈਨੂੰ 6:30-7 ਹੀ ਵਜੇ ਆਉਂਦੀ ਆ। ਅੱਛਾ ਹੋਰ ਇੱਕ ਕੁਝ ਹੋਰ ਡਾਊਟ ਹੋਵੇ? ਲੈ ਜਿੱਤੀ ਜਾ ਆ ਲਓ ਦੁੱਧ। ਓਹੋ ਕਿਵੇਂ ਜੇ ਬੈਠੀ ਆ ਤੂੰ? ਚੱਲ ਵਧੀਆ ਭਾਬੀ, ਤੂੰ ਚਾਹ ਲੈ ਸੌਣ ਲੱਗੇ। ਮੇਰਾ ਤਾਂ ਸਿਰ ਬਾਲਾ ਹੀ ਦੁਖੀ ਜਾਂਦਾ ਸੀਗਾ ਅੱਜ। ਪੀ ਲਓ ਚੰਗਾ। ਕੀ ਸੋਚੀ ਜਾਂਦੇ ਤੁਸੀਂ ਹੁਣ? ਪੀ ਲਓ। ਉਹ ਕੱਲਾ ਸੁੱਕਾ ਦੁੱਧ ਹੀ ਲਿਆ ਤਾ, ਕੁਛ ਖਾਣ ਪੀਣ ਨੂੰ ਤੇ ਲਿਆ ਦੇ ਨਾਲ। ਉਹ ਕੱਲਾ ਦੁੱਧ ਪੀਤਾ ਨਹੀਂ ਜਾਂਦਾ ਤੁਸੀਂ? ਉਹ ਨਹੀਂ ਪੀਤਾ ਤਾਂ ਭੁੱਖ ਲੱਗ ਰਹੀ ਹੈ ਮੈਨੂੰ, ਜਾ ਲਿਆ ਕੇ ਦੇ ਕੁਛ। ਹਾਏ ਹਾਏ ਆ ਬੰਦੇ ਦਾ ਵੀ ਸਰਾ ਹੀ ਪਿਆ ਗਾ, ਲੈ ਬਿਸਕੁਟਾਂ ਨੂੰ ਲੈ ਜਾ। ਜੀਤੀ ਆ ਗਲਾਸ ਫੜਾ ਉਹਨੂੰ। ਨਾ ਵੀਰੇ ਕਿਉਂ? ਉਹ ਤੂੰ ਫੜਾ ਤਾ ਫੜਾ ਸੀ ਤੂੰ ਆ ਪੀ, ਬਸ ਚੁੱਪ ਕਰਕੇ ਪੀ ਲਾ। ਆ ਲਓ ਬਿਸਕੁਟ। ਹੈ ਤੁਸੀਂ ਤਾਂ ਦੁੱਧ ਪੀ ਵੀ ਲਿਆ? ਆ ਫਿਰ ਜੇ ਦੁੱਧ ਪੀ ਲਿਆ ਸੀ ਮੈਨੂੰ ਦੱਸ ਦਿੰਦੇ, ਅਮਰੀਕਾ ਤੋਂ ਪਕਾਈ ਕਰਾਈ ਆ। ਉਹ ਫਿਰ ਕੀ ਹੋ ਗਿਆ ਪਕਾਈ ਕਰਾਉਣ ਨੂੰ? ਕੀ ਤੂੰ ਖਾ ਲਾ। ਮੈਂ ਖਾਣਾ? ਅੱਛਾ ਤਾਂ ਇਹ ਗੱਲ ਆ, ਅੱਜ ਕੱਲ ਭੈਣ ਭਰਾ ਦਾ ਜ਼ਿਆਦਾ ਹੀ ਪਿਆਰ ਹੋ ਰਿਹਾ। ਪਹਿਲਾਂ ਸਬਜ਼ੀ 'ਚ ਘਿਓ, ਫਿਰ ਕੰਮ 'ਚ ਆਰਾਮ, ਹੁਣ ਚਾਹ ਦੀ ਜਗ੍ਹਾ ਦੁੱਧ। ਇਹ ਤਾਂ ਜੀਤੀ ਦਾ ਕੁਝ ਕਰਨਾ ਪਊਗਾ, ਦਿਨੋ ਦਿਨ ਮੁਸੀਬਤ ਬਣਦੀ ਜਾਂਦੀ ਆ ਮੇਰੇ ਲਈ। ਅਤੇ ਭੈਣ ਭਰਾ ਇੱਕ ਦੂਜੇ ਦੀ ਜ਼ਿਆਦਾ ਹੀ ਗੱਲ ਮੰਨਣ ਲੱਗ ਗਏ। ਮੇਰਾ ਅਤੇ ਮੇਰੀ ਕੁੜੀ ਦਾ ਕੀ ਬਣੂਗਾ? ਸੁੱਖ ਨਾਲ ਹਜੇ ਪੂਰੀ ਜ਼ਿੰਦਗੀ ਪਈ ਆ, ਆ ਮੈਨੂੰ ਇਸ ਜੀਤੀ ਦਾ ਕੁਛ ਕਰਨਾ ਪਊ। ਚੱਲ ਠੀਕ ਹੈ ਜੀਤੀ, ਮੈਂ ਖੇਤ ਜਾਂਦਾ ਫਿਰ, ਹੈ ਨਾ ਵੀਰੇ?
ਕਹਿੰਦੀ ਸੀ ਮੇਰਾ ਵੀ ਟਾਈਮ ਹੋਇਆ ਪਿਆ ਬਸ ਕੰਮ ਤੇ ਜਾਂਦਾ, ਬਸ ਆਉਣ ਵਾਲੀ ਹੈ ਮੇਰੀ, ਤੁਸੀਂ ਨੂੰ ਬਸ ਅੱਡੇ ਤੱਕ ਛੱਡ ਦੋਗੇ? ਛੱਡ ਦੂੰ, ਕੋਈ ਨਹੀਂ। ਹਾਂ ਬਸ ਮੈਂ ਪਰਸ ਚੱਕ ਲਿਆ ਮੰਦਰੋਂ। ਜਾ ਚੱਕ ਲਿਆ, ਨਾਲੇ ਤੂੰ ਐਂ ਕਰਿਆ ਕਰ, ਹਾਂਜੀ, ਕੁੜੀ ਨੂੰ ਦੋ ਰੋਟੀਆਂ ਵੱਧ ਲਾ ਦਿਆ ਕਰ, ਕੰਮ ਤੇ ਥੱਕ ਜਾਂਦੀ ਹੋਊ। ਕੋਈ ਨਾ ਜੀ, ਕੋਈ ਨਾ, ਉਹ ਤਾਂ ਮੈਂ ਲਾ ਹੀ ਦਿੰਦੀ ਹੈਗੀ। ਨਾਲੇ ਨਾ ਤੁਸੀਂ ਇਹਦਾ ਜ਼ਿਆਦਾ ਫਿਕਰ ਨਾ ਕਰਿਆ ਕਰੋ, ਮੈਂ ਵੀ ਇਹਨੂੰ ਆਪਦੇ ਭੈਣਾਂ ਵਾਂਗੂ ਪਿਆਰ ਕਰਦੀ ਹਾਂ। ਜੇ ਤੁਸੀਂ ਕਹਿੰਦੇ ਆ ਆ ਥੋੜ੍ਹਾ ਜਿਹਾ ਧਿਆਨ ਮੈਂ ਤਾਂ ਹੋਰ ਦੇ ਲਿਆ ਕਰੂੰਗੀ। ਇਹ ਹੋਈ ਨਾ ਗੱਲ ਬੰਦੇ ਵਾਲੀ। ਹਾਂ ਕੋਈ ਨਾ ਕੋਈ ਨਾ, ਮੈਨੂੰ ਵੀ ਬਹੁਤ ਪਿਆਰੀ ਆ ਇਹ। ਠੀਕ ਹੈ ਠੀਕ ਹੈ। ਕੁਛ ਸੋਚ ਲਵਪ੍ਰੀਤ, ਕੁਛ ਸੋਚ, ਐਵੇਂ ਤਾਂ ਨਹੀਂ ਚੱਲਣਾ, ਨਾਲੇ ਇਹ ਕੰਮ ਠੀਕ ਨਹੀਂ ਹੈਗਾ। ਇਹ ਜੀਤੀ ਦਾ ਮੈਨੂੰ ਕੁਛ ਕਰਨਾ ਪਊ, ਨਹੀਂ ਤਾਂ ਕੰਮ ਖਰਾਬ ਹੋ ਜੂ। ਕੀ ਕਰਾਂ ਕੀ ਕਰਾਂ? ਹਾਂ ਸਕੀਮ, ਹਾਂ ਸਕੀਮ ਕੰਮ ਕਰੋ, ਹੁਣ ਦੇਖੀ ਫਿਰ। ਲਓ ਜੀ ਬਣ ਗਈ ਮੈਗੀ, ਓ ਮੈਗੀ ਨਹੀਂ, ਜ਼ਹਿਰ ਵਾਲੀ ਸਪੈਸ਼ਲੀ ਮੈਗੀ। ਅਤੇ ਹੁਣ ਆਣਦੇ ਜੀਤੀ ਨੂੰ, ਫਿਰ ਦੇਖੀ ਨਜ਼ਾਰਾ ਆਉਂਦਾ। ਆਉਣ ਵਾਲੀ ਹੋਊ 5-4 ਮਿੰਟਾਂ 'ਚ। ਹਾਂ ਆ ਗਈ ਜੀਤੀ। ਹਾਂ ਬਾਬੀ ਆ ਗਈ, ਹਾਂ ਲੱਗੇ ਅਸਾਂ ਕੋਲ ਬਾਹਲੀ ਭੁੱਖ ਲੱਗਦੀ ਆ, ਜੇ ਕੋਈ ਰੋਟੀ ਰੁਟੀ ਪਈ ਆ ਪਲੀਜ਼ ਪਾ ਦੇ ਮੈਨੂੰ। ਓਹੋ ਤੂੰ ਰੋਟੀ ਨੂੰ ਛੱਡ, ਅੱਜ ਤਾਂ ਮੈਂ ਤੇਰੇ ਵਾਸਤੇ ਮੈਗੀ ਬਣਾ ਕੇ ਰੱਖੀ ਹੋਈ ਆ, ਮੈਂ ਉਹ ਲਿਆ ਕੇ ਦਿੰਦੀ ਹਾਂ ਤੈਨੂੰ ਪਾ। ਸੱਚੀ ਬਾਬੀ? ਹਾਂ ਲੈ, ਮੈਂ ਕਿਹਾ ਮੇਰੀ ਨਣਦ ਕੰਮ ਤੋਂ ਆਉਣ ਵਾਲੀ ਸੀ, ਮਾ ਚੱਲ ਪਿਆ ਸੀ ਮੈਗੀ, ਮੈਂ ਕਿਹਾ ਥੋੜ੍ਹੀ ਜਿਹੀ ਤੇਰੇ ਵਾਸਤੇ ਬਣਾ ਦੇਣੀ, ਲੈ ਫੇਰ ਹੀ ਕਰੂੰਗੀ ਮੈਂ, ਲੈ ਕੇ ਆਉਣੀ। ਹਾਂ ਬਾਬੀ ਛੇਤੀ ਲਿਆ ਦੇ, ਬੜੀ ਭੁੱਖ ਲੱਗੀ ਪਈ ਅੱਜ ਦਾ ਮੈਨੂੰ। ਹੈਂ ਇਹ ਮੈਗੀ ਬਣਾਉਣ ਵਾਲੀ ਸ਼ਕਲ ਤਾਂ ਹੈ ਨਹੀਂ, ਇਹਨੇ ਅੱਜ ਮੈਗੀ ਨੂੰ ਕਿਵੇਂ ਕਹਤਾ ਜਿੱਥੇ ਨੂੰ? ਮੈਂ ਲੱਗਾ ਦਾਲ 'ਚ ਕੁਛ ਕਾਲਾ, ਉਹ ਨਹੀਂ ਨਹੀਂ ਦਾਲ ਹੀ ਕਾਲੀ ਆ, ਮੈਂ ਜਾ ਕੇ ਦੇਖਦਾ ਕੋਈ ਗੜਬੜ ਕਰੂ। ਇਹ ਲੈ ਜਿੱਤੀ ਮੈਗੀ। ਭਾਬੀ ਹਾਂ, ਪਹਿਲਾਂ ਤੁਸੀਂ ਦੋਨੋਂ ਖਾਓ ਫੇਰ ਖਾਊ ਮੈਂ। ਓਹੋ ਅਸੀਂ ਤਾਂ ਬਾਅਦ ਚੋਂ ਖਾ ਲਾਂਗੇ, ਆ ਤੂੰ ਕੰਮ ਤੋਂ ਆਈ ਆ, ਅਸੀਂ ਤਾਂ ਘਰੀ ਦੀ, ਤੂੰ ਖਾ ਲਾ ਪਹਿਲਾਂ। ਨਹੀਂ ਨਹੀਂ, ਇੱਕ ਚਮਚਾ ਤੁਸੀਂ ਇੱਕ ਚਮਚਾ ਤੁਸੀਂ ਪਹਿਲਾਂ ਲੈ ਭਾਬੀ ਆ ਕਰਾ। ਓਹੋ ਮੈਂ ਨਹੀਂ ਖਾਣੀ, ਤੂੰ ਖਾ ਲਾ, ਬਾਅਦ ਚੋਂ ਖਾ ਲੂੰਗੀ ਮੈਂ, ਕੋਈ ਨਾ। ਲੈ ਭਾਬੀ ਦੇਖੀ, ਓ ਕੋਈ ਨਾ ਤੂੰ ਖਾ ਲਾ ਖਾ ਲਾ। ਓ ਤੁਸੀਂ ਦੋਏ ਨਾ ਖਾਓ, ਉਹਨਾਂ ਫੜਾ ਮੈਂ ਖਾਣਾ। ਹਾਂਜੀ ਸਾਡੀ ਸਾਰੀ ਟੀਮ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹਾਂਜੀ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਕਿਵੇਂ ਲੱਗੀ ਜ਼ਰੂਰ ਦੱਸੋ, ਲਾਈਕ ਕਰੋ, ਕਮੈਂਟ ਕਰੋ ਅਤੇ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਦਿਓ ਅਤੇ ਨਾਲ ਦਿੱਤੇ ਬੈੱਲ ਆਈਕਨ ਨੂੰ ਵੀ ਜ਼ਰੂਰ ਔਨ ਕਰ ਦਿਓ ਅਤੇ ਐਵੇਂ ਸਾਡੀ ਵੀਡੀਓ ਨੂੰ ਬਹੁਤ 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 ਸਾਰਾ ਪਿਆਰ ਦਿੰਦੇ ਰਹੋ ਅਤੇ ਤੁਸੀਂ ਇੰਨਾ ਪਿਆਰ ਦਿੰਦੇ ਹੋ, ਜਿਹੜੇ ਪਹਿਲੇ 15 ਕਮੈਂਟ ਨੇ ਉਹ ਪਿਆਰੇ ਬੰਦਿਆਂ ਦਾ ਨਾਮ ਹੈ ਜੀ। ਹਰਨੂਰ, ਰੀਤੂ, ਸੰਧੂ, ਸੰਧੂ, ਲਵਪ੍ਰੀਤ, ਕੌਸ਼ਿਕ ਢਿੱਲੋਂ, ਮਨਮੋਹਨ ਸਿੱਧੂ, ਬਾਸ਼ ਡਾਇਰੈਕਟਰ, ਨਤੀਸਾ ਜਿੰਦਲ, ਆਕਾਸ਼ ਭੁੱਲਰ, ਦੁੱਲਰ ਟੀ ਵੀ ਇੰਟਰਟੇਨਮੈਂਟ ਆਰਟਿਸਟ, ਸਹਿਜ ਭੰਗੂ, ਪ੍ਰੀਤ ਫੌਜਣ, ਮਾਣ ਮਾਣ, ਗਗਨ, ਜਸਪ੍ਰੀਤ, ਜੱਸੀ, ਇਹਨੇ ਜੀ ਪਹਿਲੇ 15 ਕਮੈਂਟ। ਤੁਸੀਂ ਵੀ ਇਸ ਵੀਡੀਓ 'ਚ ਪਹਿਲੇ 15 ਕਮੈਂਟ ਬੋਲੋ ਤਾਂ ਕਿ ਆਪਾਂ ਅਗਲੀ ਵਿੱਚ ਤੁਹਾਡੇ ਕਮੈਂਟ ਬੋਲੀਏ, ਤੁਹਾਡੇ ਨਾਮ ਬੋਲੀਏ ਅਤੇ ਖੂਬ ਸਾਰਾ ਐਵੇਂ ਪਿਆਰ ਦਿੰਦੇ ਰਹੋ। ਧੰਨਵਾਦ ਜੀ।